ਮੈਨੂੰ ਤਾਂ ਗੱਲ ਕਰ ਲੈਂਦੇ ਪਹਿਲੇ ਹਾਂ ਇਹ ਲੈ ਮੈਨੂੰ ਗੱਲ ਤਾਂ ਕਰ ਲੈਂਦੇ ਜਾਂ ਮੈਂ ਥਲੇ ਗੇਟ ਤੇ ਰੱਖਿਆ ਚੱਲ ਤੈਨੂੰ ਗੇਟ ਤੱਕ ਲਾ ਕੇ ਮੈਂ ਲਾ ਗਿਆ ਮੈਂ ਤਾਂ ਕਦੇ ਗਿਆ ਗੁੜ ਜੀ ਸੀ ਮਗਾ ਤੇ ਲਿਆ ਲੇਕਿਨ ਇਹ ਛੁੱਟਾ ਨਿਕਲਿਆ ਮੋਟੇ ਨੂੰ ਭਈ ਇਹ ਚੀਜ਼ ਲੈਣ ਦਾ ਪਤਾ ਨਹੀਂ ਐ ਮੈਂ ਨਹੀਂ ਦਫਾ ਕਿ ਮਿੰਨਾ ਲੈ ਕੇ ਜਾਇਆ ਕਰੋ ਹਾਂਜੀ ਤਾਂ ਤੁਹਾਡੇ ਪੈਸੇ ਡੋਬ ਗਿਆ ਵਾ ਹੈ ਸੈਰੀ ਦਾ ਟਾਈਮ ਵੀ ਲੰਘ ਗਿਆ ਉਨ ਤੋਂ ਬਾਅਦ ਨਮਾਜ਼ ਦਾ ਟਾਈਮ ਵੀ ਲੰਘ ਗਿਆ ਹੁਣੀ ਪੜ੍ਹ ਕੇ ਹਟੇ ਆ ਮੋਟਾ ਨਮਾਜ਼ ਤੇ ਅੱਜ ਇਹਨਾਂ ਨੇ ਰੋਜ਼ਾ ਰੱਖਿਆ ਵਾ ਅੱਠ ਪੈਰਾ ਮੈਂ ਅੱਛਾ ਜੀ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਨਾ ਸਵੇਰ ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਅੱਜ ਹੋਇਆ ਇੱਕ ਬਹੁਤ ਹੀ ਬੈਡ ਸੀਨ ਅੱਛਾ ਅੱਜ ਪਤਾ ਕੀ ਹੋਇਆ ਵਾ ਅੱਜ ਨਾ ਮੋਟਾ ਜਾਗ ਗਿਆ ਸੀ ਰਾਤ ਦੇਰ ਤੱਕ ਅਤੇ ਮੈਂ ਵੀ ਜਾਗ ਰਹੀ ਸੀ ਲੇਕਿਨ ਮੇਰੀ ਲੱਗ ਗਈ ਅੱਖ ਅੱਛਾ ਸਾਡੀ ਗਲੀ 'ਚ ਆਉਂਦਾ ਪੀਪੇ ਵਾਲਾ ਠੀਕ ਆ ਉਹ ਪੀਪਾ ਵਜਾਉਣ ਆਇਆ ਅਤੇ ਨਾ ਮੋਟੇ ਨੂੰ ਪਤਾ ਚੱਲ ਗਿਆ ਕਿ ਸੈਰੀ ਦਾ ਟਾਈਮ ਸ਼ੁਰੂ ਹੋ ਚੁੱਕਿਆ ਉਹ ਮੋਟਾ ਕਹਿੰਦਾ ਅੱਛਾ ਮੈਂ ਨਾ ਮਾੜਾ ਕਿ ਸਿੱਧਾ ਹੋ ਲਵਾਂ ਅਤੇ ਨਾ ਫਿਰ ਮੋਟੇ ਨੂੰ ਉਠਾਉਂਦਾ ਮੋਟੇ ਨੇ ਇੱਕ ਪਾਸਾ ਲਿਆ ਅਤੇ ਦੁਬਾਰਾ ਅੱਖ ਖੁੱਲ੍ਹੀ 5:06 'ਤੇ ਸੈਰੀ ਦਾ ਟਾਈਮ ਵੀ ਲੰਘ ਗਿਆ ਉਨ ਤੋਂ ਬਾਅਦ ਨਮਾਜ਼ ਦਾ ਟਾਈਮ ਵੀ ਲੰਘ ਗਿਆ ਹੁਣੀ ਪੜ੍ਹ ਕੇ ਹਟੇ ਆ ਮੋਟਾ ਨਮਾਜ਼ ਅਤੇ ਅੱਜ ਇਹਨਾਂ ਨੇ ਰੋਜ਼ਾ ਰੱਖਿਆ ਵਾ ਅੱਠ ਪੈਰਾ ਮੈਂ ਰੋਜ਼ਾ ਨਹੀਂ ਰੱਖਿਆ ਕਿਉਂਕਿ ਮੇਰੇ 'ਚ ਇੰਨੀ ਪਸਲੀ ਨਹੀਂ ਸੀਗੀ ਕਿ ਮੈਂ ਭੁੱਖੇ ਢਿੱਡ ਰੋਜ਼ਾ ਰੱਖ ਸਕਾਂ ਠੀਕ ਹੈ ਐਂ ਨਾ ਹੁੰਦੀ ਫਿਰ ਇੱਧਰ ਉੱਧਰ ਡਿੱਗਦੀ ਫਿਰਦੀ ਇਹਦੇ ਜਗ੍ਹਾ ਮੈਂ ਰੋਜ਼ਾ ਨਹੀਂ ਰੱਖਿਆ ਲੇਕਿਨ ਇਹਨਾਂ ਨੇ ਰੱਖ ਲਿਆ ਵਾ ਗਲਤੀ ਵੀ ਇਹਨਾਂ ਦੀ ਸੀਗੀ ਮੇਰੀ ਕੋਈ ਗਲਤੀ ਨਹੀਂ ਹੈ ਨਹੀਂ ਮੈਨੂੰ ਇੱਕ ਗੱਲ ਦੱਸ ਰੋਟੀ ਮੈਂ ਬਣਾਉਣੀ ਸੀ ਉੱਠ ਕੇ ਨਹੀਂ ਜਾਗਣ ਤੁਸੀਂ ਦੇ ਸੀਗੇ ਨਹੀਂ ਰੋਟੀ ਮੈਂ ਬਣਾਉਣੀ ਸੀ ਉੱਠ ਜਾਗਣ ਤੁਸੀਂ ਨਹੀਂ ਦੇ ਸੀਗੇ ਜਦੋਂ ਤੈਨੂੰ ਮੈਂ ਕਹਿੰਦਾ ਇੰਨੀ ਨਹੀਂ ਰਾਤ ਨਾ ਜਾਗਿਆ ਕਰ ਟਾਈਮ ਨਾ ਸੋਇਆ ਅੱਲਾ ਮਾਫ ਕਰੇ ਅੱਲਾ ਮਾਫ ਕਰੇ ਮੈਂ ਨਹੀਂ ਜਾਗਣ ਨਹੀਂ ਤੁਸੀਂ ਜਾਗਣ ਦੇ ਸੀਗੇ ਸਹੀ ਕਿਸੇ ਨੇ ਕਿਹਾ ਵਾ ਔਰਤ ਆਪਣੀ ਗਲਤੀ ਕਦੇ ਨਹੀਂ ਮੰਨਦੀ ਬਾਤ ਸਹੀ ਹੈ ਤੁਸੀਂ ਜਾਗਣ ਨਜ਼ਰ ਵੀ ਆਉਂਦੀ ਹੋਵੇ ਨਾ ਕਿ ਮੇਰੀ ਗਲਤੀ ਹੈ ਜੇ ਤੁਹਾਨੂੰ ਪਤਾ ਸਹੀ ਦਾ ਟਾਈਮ ਸ਼ੁਰੂ ਹੋ ਗਿਆ ਤੁਸੀਂ ਸੁੱਤੇ ਕਿਉਂ ਇਹ ਦੇਖ ਕੇ ਤੈਨੂੰ ਚੰਗਾ ਭਲਾ ਪਤਾ ਮੇਰਾ ਕੰਮ ਥੋੜਾ ਵਜ਼ਨ ਹੀ ਮੈਂ ਵਜ਼ਨ ਚੱਕਰ ਵਾਲਾ ਕੰਮ ਕਰਨਾ ਸਹੀ ਆ ਉਸ ਤੋਂ ਬਾਅਦ ਚੋਂ 8 ਵਾਰੀ ਅੱਜ ਮੈਂ ਰੋਜ਼ਾ ਰੱਖ ਲਿਆ ਅੱਜ ਤਾਂ ਮੈਂ ਤਬਾਹ ਹੋਏ ਨਾ ਯਾਰ ਨਹੀਂ ਮੇਰੇ ਪਹਿਲੇ ਦੱਸੋ ਜੇ ਸਹਿਰੀ ਦਾ ਟਾਈਮ ਸ਼ੁਰੂ ਹੋ ਗਿਆ ਸਹਿਰੀ ਦਾ ਸ਼ਾਮ ਸ਼ੁਰੂ ਹੋ ਗਿਆ ਤੁਸੀਂ ਕੀ ਲੈਣ ਵਾਸਤੇ ਸੁੱਤੇ ਸੀਗੇ ਚਲੋ ਠੀਕ ਹੈ ਯਾਰ ਮੋਟੇ ਨੇ ਤਾਂ ਰੋਜ਼ਾ ਰੱਖ ਲਿਆ ਮੈਂ ਕੋਈ ਨਹੀਂ ਰੱਖਿਆ ਅਤੇ ਆਪਾਂ ਹੁਣ ਪੂਰੀ ਕਰਦੇ ਹਾਂ ਨੀਂਦ ਅਤੇ ਅਸੀਂ ਤੁਹਾਨੂੰ ਮਿਲਾਂਗੇ ਸਵੇਰ The next day. ਅੱਛਾ ਜੀ ਤਾਂ ਨਹੀਂ ਸਵੇਰ ਦਾ ਆਗਾਜ਼ ਆਪਣਾ ਹੋ ਚੁੱਕਿਆ ਹੈ ਇੱਥੇ ਮੈਂ ਧੋ ਰਹੀ ਹਾਂ ਕੱਪੜੇ ਠੀਕ ਆ ਉਹ ਕੱਪੜੇ ਆਪਾਂ ਨੇ ਧੋ ਕੇ ਰੱਖ ਲਏ ਆ ਅਤੇ ਬਸ ਇਹ ਵਾਲੇ ਰਹਿ ਗਏ ਆ ਉਹ ਆਪਾਂ ਨੇ ਚੱਕ ਦੇਣਾ ਫਿਰ ਅਗਲੀ ਵਾਰੀ ਸਹੀ ਠੀਕ ਆ ਸਫਾਈਆਂ ਸਫਾਈਆਂ ਆਪਾਂ ਨੇ ਕਰ ਲਈਆਂ ਵਾ ਟਾਈਮ ਹੋ ਰਿਹਾ ਵਾ ਜ਼ੋਹਰ ਦੀ ਨਮਾਜ਼ ਦਾ ਪਹਿਲਾਂ ਤਾਂ ਆਪਾਂ ਕੱਪੜੇ ਵੱਲੋਂ ਫ੍ਰੀ ਹੋ ਜਾਂਦੇ ਹਾਂ ਫਿਰ ਆਪਾਂ ਪੜ੍ਹਦੇ ਹਾਂ ਨਮਾਜ਼ ਇੱਥੇ ਮੈਂ ਨਾ ਤੁਹਾਡੇ ਭਾਈ ਦੀ ਜੈਕਟ ਪਾਈ ਹੋਈ ਆ ਦਰਅਸਲ ਸਰਦੀ ਦੇ ਚਲੇ ਗਈ ਆ ਮੈਂ ਕਿਹਾ ਚਲੋ ਇਹਨੂੰ ਵੀ ਧੋ ਸੁਆਰ ਕੇ ਨਾ ਰੱਖ ਦਿੰਦੇ ਹਾਂ ਗਰਮ ਪਾਣੀ ਮੈਂ ਰੱਖਿਆ ਹੈ ਵਾ ਉੱਪਰ ਜਿੱਦਾਂ ਹੀ ਗਰਮ ਹੁੰਦਾ ਉਹ ਆਪਾਂ ਲਿਆ ਕੇ ਇਹਦੇ ਵਿੱਚ ਸਿੱਟਦੇ ਹਾਂ ਉਹ ਤੋਂ ਪਹਿਲੇ ਨਾ ਇਹਨੂੰ 5-10 ਮਿੰਟ ਗੇੜਿਆ ਜਾਣ ਜੀ ਮੋਟਾ ਚੱਲਿਆ ਮੰਡੀ ਅਤੇ ਮੈਂ ਮੋਟੇ ਨੂੰ ਸਮਝਾ ਦਿਆਂ ਮੋਟੇ ਕੀ ਕੀ ਚਾਹੀਦਾ ਮੋਟੇ ਆਲੂ ਮਿਰਚਾਂ ਟਮਾਟਰ ਲਸਣ ਅਦਰਕ ਅਬੇ ਜਲਦੀ ਬੋਲ ਕੱਲ ਸਵੇਰ ਪਨਵੇਲ ਨਿਕਲਣਾ ਹੈ ਤੇ ਸਬਜ਼ੀ ਜੋ ਤੁਹਾਨੂੰ ਪਸੰਦ ਹੋਏ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਤੁਹਾਡੀ ਪਸੰਦ ਖਾ ਲੈਂਦੀ ਮੈਂ ਅੱਜ ਤੱਕ ਨੱਕ ਮੂੰਹ ਨਹੀਂ ਚਾੜਿਆ ਤੇ ਹਰੀ ਚਟਨੀ ਆਪਾਂ ਨੇ ਬਣਾਉਣੀ ਉਹਦੇ ਵਾਸਤੇ ਧਨੀਆ ਪੁਦੀਨਾ ਲਾਜ਼ਮੀ ਲਿਆ ਨਾ ਪਾਲਕ ਲਿਆ ਨਾ ਸਸਤੀ ਹੋਈ ਜਿਹੜੀ ਸਬਜ਼ੀ ਸਸਤੀ ਸੀ ਨਾ ਮਿਲੀ ਚਲੋ ਦੱਸੋ ਨਾ ਜਲਦੀ ਕਰੋ ਮੋਟੇ ਮੇਰੇ ਕੋਲ ਟਾਈਮ ਨਹੀਂ ਹੈਗਾ ਹਾਂ ਸੇਬ ਲੈ ਕੇਲੇ ਬਿਸਕੁਟ ਸਬਜ਼ੀਆਂ ਲੈਣ ਚੱਲੇ ਆ ਕਿ ਗਰੋਸਰੀ ਕਰਨ ਚੱਲੇ ਆ ਧਿਆਨ ਨਾਲ ਜਾਈਏ ਧਿਆਨ ਨਾਲ ਆਈਏ ਸੜਕ ਇੱਧਰ ਉੱਧਰ ਦੇਖ ਕੇ ਪਾਰ ਕਰੀਓ ਉਹ ਤੈਨੂੰ ਚਾਹੀਦਾ ਸ਼ੋਪਰ ਸ਼ੋਪਰ ਦਿਓ ਨਾ ਇਹਦੇ ਚ ਪਾਣਾ ਪੂਰਾ ਸ਼ੋਪਰ ਹੀ ਨਹੀਂ ਹੈ ਤੁਹਾਨੂੰ ਕਿਤੇ ਸ਼ੋਪਰ ਦੇ ਦਾਂ ਹਾਂ ਦੇਖਣ ਸ਼ੋਪਰ ਪਿਆ ਬਹੁਤ ਵੱਡਾ ਕਿੱਡਾ ਵੱਡਾ ਮੋਟੇ ਮਜ਼ਾਕ ਬਣ ਜੂਗਾ ਯਾਰ ਤੁਹਾਡਾ ਜਾਂ ਮੈਂ ਥੱਲੇ ਗੇਟ ਤੇ ਰੱਖਿਆ ਚੱਲ ਤੈਨੂੰ ਗੇਟ ਤੱਕ ਲਾ ਕੇ ਮੈਂ ਲਾ ਗਿਆ ਮੈਂ ਤਾਂ ਕਦੇ ਗਿਆ ਵਾ ਦੇ ਕੋਈ ਸ਼ੋਪਰ ਦੇ ਯਾਰ ਛੁੱਟਾ ਆਹ ਗੋੜ ਵਾਲਾ ਦੇ ਦੇ ਯਾਰ ਗੁੜ ਜੀ ਸੀ ਮੰਗਾ ਤੇ ਲਿਆ ਲੇਕਿਨ ਇਹ ਛੁੱਟਾ ਨਿਕਲਿਆ ਮੋਟੇ ਨੂੰ ਭਈ ਇਹ ਚੀਜ਼ ਲੈਣ ਦਾ ਪਤਾ ਨਹੀਂ ਐ ਮੈਂ ਨਹੀਂ ਦਫਾ ਕਿ ਮਿੰਨਾ ਲੈ ਕੇ ਜਾਇਆ ਕਰੋ ਹਾਂਜੀ ਤਾਂ ਤੁਹਾਡੇ ਪੈਸੇ ਡੋਬ ਗਿਆ ਵਾ ਹੈ ਨਹੀਂ ਚੱਲ ਚੱਕ ਕੇ ਦੇਖ ਗੋੜੀਆਂ ਸਾਹਿਬ ਮੈਂ ਨਹੀਂ ਖਾਂਦੀ ਕਿਉਂ ਮੇਰਾ ਰੋਜ਼ਾ ਹੋਏ ਰੋਜ਼ਾ ਤੜਾ ਲੱਗਾ ਸੀ ਨਹੀਂ ਮੈਂ ਖਾ ਵੀ ਲੈਣਾ ਸੀਗਾ ਤਾਲੇ ਤੂੰ ਬਹੁਤ ਬਦਤਮੀਜ਼ ਹੈ ਤੁਸੀਂ ਯਾਰ ਕੀ ਮੱਛੀ ਮੱਛੀ ਲਾ ਰਹੀ ਹੈ ਅੱਛਾ ਜੀ ਗਾਇਸ ਕੱਪੜੇ ਵਗੈਰਾ ਸਾਰੇ ਮੈਂ ਉਤਾਰ ਕੇ ਉਤਾਰ ਕੇ ਕਹਿ ਰਹੀ ਹਾਂ ਮਸ਼ੀਨ 'ਚੋਂ ਕੱਢ ਕੇ ਟੱਪ ਦੇ ਵਿੱਚ ਰੱਖ ਦਿੱਤੇ ਆ ਹੁਣ ਆਪਾਂ ਇਹਨਾਂ ਨੂੰ ਉਤਾਰਾਂਗੇ ਸੈਰੀ ਦੇ ਟਾਈਮ ਅਤੇ ਨਮਾਜ਼ ਵਗੈਰਾ ਵੀ ਮੈਂ ਪੜ੍ਹ ਲਈ ਹੈ ਹੁਣ ਆਪਾਂ ਨੇ ਕੁਛ ਖਾਸ ਨਹੀਂ ਕਰਨਾ ਕਿਉਂਕਿ ਆਲੂ ਗੋਸ਼ਤ ਬਣਾਇਆ ਸੀ ਉਹ ਪਿਆ ਵਾ ਆਪਾਂ ਨੇ ਸਿਰਫ ਰੋਟੀ ਬਣਾਉਣੀ ਹੈ ਤੁਹਾਡੇ ਭਾਈ ਦੇ ਆਉਣ ਦਾ ਇੰਤਜ਼ਾਰ ਕਰਾਂਗੇ ਅਤੇ ਫਿਰ ਮੈਂ ਤੁਹਾਨੂੰ ਮਿਲਦੀ ਹਾਂ 1 hour later ਅੱਛਾ ਜੀ ਮੋਟਾ ਸਮਾਨ ਲਿਆ ਹੈ ਅਤੇ ਆ ਕੇ ਮੈਨੂੰ ਕਹਿੰਦੇ ਆ ਕਿ ਮੋਟੇ ਉੱਥੇ ਤਾਂ ਹਰ ਚੀਜ਼ ਨੂੰ ਅੱਗ ਲੱਗੀ ਹੋਈ ਹੈ ਇੰਨਾ ਕਿ ਸਮਾਨ ਲੈ ਕੇ ਨਾ ਮੇਰੀ ਜੇਬ ਜਿਹੜੀ ਹੈ ਨਾ ਉਹ ਖਾਲੀ ਹੋ ਚੁੱਕੀ ਹੈ ਹੁਣ ਆਪਾਂ ਬੋਰਾ ਖੋਲਦੀ ਹਾਂ ਅਤੇ ਦੇਖਦੇ ਅੰਦਰ ਕੀ ਕੀ ਆ ਬੋਲੇ ਨੂੰ
ਹੋਇਆ ਕਿਸੇ ਮੋਟੇ ਤੇ ਤੁਹਾਨੂੰ ਉਹਨਾਂ ਨੇ ਫੜ ਲਿਆ ਸੀਗਾ ਉਹ ਪਈ ਸੁਣਾ ਅੱਗ ਲੱਗੀ ਹਰ ਚੀਜ਼ ਹੂੰ ਤੁਸੀਂ ਪਾਣੀ ਪਾ ਕੇ ਭਜਾ ਦੇਣੀ ਸੀ ਪਾਣੀ ਉਹਨਾਂ ਨੇ ਮੇਰੇ ਪਾਤਾ ਜੇਬ 'ਚ ਜੇਬ 'ਚ ਪਾ ਕੇ ਤੁਹਾਡੀ ਜੇਬ ਕੱਟ ਲਈ ਉਹਨਾਂ ਨੇ ਬਹੁਤ ਮਹਿੰਗਾ ਮਾਲ ਆ 25% ਆਫ ਚੱਲ ਰਿਹਾ ਜੀ ਕੋਈ ਆਫ ਆਫ ਨਹੀਂ ਚੱਲ ਰਿਹਾ ਕਹਾਣੀ ਸੁਣਾ ਰਹੇ ਬਸ 25% ਐਕਸਟਰਾ ਲੈ ਰਹੇ ਆ अच्छा गाइज अज ना तुहाडे भरा दा ही रोजा जिदा तुहानू मैं सुबह दस दिता सीगा 8 पैरा रोजा इन्हां दा मेरा रोज़ा नहीं है तो ना इतने चार खचूरा पे मैं क्या हूँ मैं ना एक इन्हें सामने खा लवा इन्हें जो हाथ लगना है सारियाँ चक्के खा लेनी है शर्म तो नहीं आती रोज़ेदार सामने खाने तुझे खावा कर लो अपनी मैं तो क्या सी मोटे मैनू भी रखन दो मोटे कहना सी नहीं तू ना रोज़ा रखी तू तेरा ना दिल घबरा लग गया ना तेरा दिल छोटा वा जरूर मैं खा ली है हूँ असी अजान का इंतजार कर दे मैं भी मोटे दे सुबह की भुखी हाँ भाई है इंतजार कर दे फिर मोटे ना यार मैं भी रोजा खोलना ए चुटनी पई है पानी पिया वा इथे सालन पिया वा सालन दा किस्सा सुना सालन भाइया मोटे ने रंग लाते तुम दस ना आलू गोश्त मोटे की मतलब की पसंद बने देखो जी मोटे ने मसाला ही सारा काला खर छड़िया कच्चा हाँ मोटे इस बंदे ने पता की किया इन्हें ना सारा कुछ कच्चा ग्राइंड करवा के ना मेरे को मतलब के प्याज टमाटर मिर्चा सारा कुछ कच्चा ग्राइंड करवा के घ्यो दे सारे मसाले सीटे फ्राई करके गोश्त सीटिया तो ना कच्चा मसाला सुटता उन्होंने इन्ना पकाया मसाले की स्मैल नहीं मरी हांडी चो कच्चे प्याज ते लसन की स्मैल आ रही है हांडी काली होगी लेकिन स्मैल नहीं हले तक मरी शाबाश इस बंदे नूं मैं कह रही सी मोटे मैनूं मेरी मर्जी दा बना दो मोटे मैनूं मेरी मर्जी दा बना दो कहिंदा नहीं नहीं मैं शेफ बनन दी मैं तैनूं कह दवां हुण अपनी मर्जी दा बना दिखा इन्हें मैं की बना कसम इन्हें दे रोना आँदी है कल का मैं नहीं है खाधा मैं आलू तो ना बोटी रोटी तो लैके ना उन्ना रोटी खाधी है वरना मैं नहीं चीज़ खाधी चलो जी शुक्र है भैया अजान हो गई है मोटे ने खजूर खाधी है मोटे पानी पी लो जल्दी जल्दी सी हेलो पानी पी लो पहले पानी पी लो तारी रोटी ना खावा पानी ओ पागल भुख लगी तुहानू चलो तुसी रोटी खा लो अच्छा मोटे ने मैं रोटी खवा के ना फिर तुहानू मिलदी हां मोटे ने रोटी खवा बच्चा वा मोटा आप ही खा लूगा मैं रोटी खा के फिर तुहानू मिलया जांगे मैं रोटी खा के ना फिर वापस आंदी हां हुंदा मैनू तो गल कर लेंदे पहले हां एला भी ना गल तो कर लेंदे अच्छा जी यार मैनू कल ना पिछली वीडियो हां जी जी मोटे गल कर लंदो गल नहीं करनी पिछली वीडियो च मैंने किसी ने कहा सीगा कि नाखून कट लो इस दा गुनाह हुंदा है इस तरह दी कोई गल नहीं हुंदी ना ही सुनी सुनाई गल ते तुहानू यकीन करना चाहिदा 40 दिनां च इक वारी कटने चाहिदे अगे मैनू बोलने तो पूरी गल मोटे ते ना मुस्लिम शरीफ दे विच हदीस है कि तुहानू 40 दिनां दे विच इक दफा नाखून कटने चाहिदे अगर तुसी इन तो पहले कट लो ते ज्यादा अच्छा होएगा वैसे है 40 दिनां दा वा ते अलहम्दुलिल्लाह उन तो पहले असी कट लेंदे हां जी तुहाडे 400 दिन हो गए आ गुनाह कोई नहीं हुंदा कि अगर नाखून ना कटो आटा गुनो तो गुनाह हुंदा ऐदा दी कोई गल नहीं हुंदी ते ना सुनी सुनाई गल्लां ते यकीन करना चाहिदा गुनाह नहीं हुंदा गंद फसया हुंदा है ना एवें गंद फसया हुंदा मैं डेली साफ करदी हां दिन च 10 दफा ते मैं हाथ धोंदी हां मोटे तंग ना करो अलहम्दुलिल्लाह मैं अपने नाखूनां नूं बहुत ज्यादा साफ रखदी हां पहली गल ते दूसरी गल हले 40 दिन नहीं होए सीगे ते तुसीं भी सारे सुनी सुनाई गल ते यकीन ना करया करो आप सल्लल्लाहु अलैहि वसल्लम दा फरमान है कि सुनी सुनाई गल ते यकीन नहीं करना चाहिदा उंदी तसदीक करो क्योंकि ऐ ना होए कि तुसीं सुनी सुनाई गल ते यकीन करो ते बाद च तुहानूं नुकसान होवे मोटे राम तो आज के व्लॉग को खत्म करते हैं इस अच्छी बात के साथ कि मेरा रब देरी उन्हीं के लिए करता है जिसका मांगना उसे बेहद पसंद आता है।